ਈਸ਼ਵਰ ਦੇ ਅੱਗੇ ਫਰਿਆਦ ਕੀਤੀ ਕਿ ਈਸ਼ਵਰ ਤੂੰ ਸਾਨੂੰ ਇਸ ਤਰ੍ਹਾਂ ਹੀ ਭੇਜੇਗਾ, ਅਸੀਂ ਜਾ ਕੇ ਕੀ ਜਵਾਬ ਦੇਵਾਂਗੇ, ਇੱਕ ਮਕਾਨ ਵੀ ਬਣਾ ਸਕੇ। ਅਸੀਂ ਗਰੀਬੀ ਵੀ ਬੇਤਾਸ਼ਾ ਦੇਖੀ ਹੈ, ਕਿਉਂਕਿ ਅਸੀਂ ਕਿਰਾਏ ਦੇ ਮਕਾਨਾਂ 'ਚ ਅੱਜ ਦਿਨ ਤੱਕ ਹੀ ਰੁਕਦੇ ਹਾਂ, ਮਕਾਨ ਕਿਰਾਏ ਦਾ, ਦੁਕਾਨ ਕਿਰਾਏ ਦੀ। ਅਗਰ ਮੈਂ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ, ਮਾਲਕ ਮੈਨੂੰ ਦੁੱਖ ਦੇਣ ਦੀ ਵੀ ਸ਼ਕਤੀ ਨਾ ਬਖਸ਼ੇ। ਇਸ ਦੇ ਵਿੱਚੋਂ 25% ਪੈਸਾ ਜੋ ਹੋਏਗਾ ਉਹ ਮੈਂ ਧਾਰਮਿਕ ਕੰਮਾਂ 'ਤੇ ਲਵਾਵਾਂ। ਕਹਿੰਦੇ ਰੱਬ ਨੇ ਜਦੋਂ ਦੇਣਾ ਹੁੰਦਾ ਤਾਂ ਉਹ ਛੱਪੜ ਫਾੜ ਕੇ ਦੇ ਦਿੰਦਾ ਅਤੇ ਖੋਣ ਵੇਲੇ ਉਹ ਥੱਪੜ ਮਾਰ ਕੇ ਖੋ ਵੀ ਲੈਂਦਾ, ਪਰ ਛੱਪੜ ਫਾੜ ਕੇ ਕਿਸਮਤ ਜਿਹੜੀ ਜਾਗੀ ਹੈ ਇੱਕ ਕਬਾੜੀਏ ਦੀ ਜਾਗੀ ਹੈ, ਜੋ ਕਿ ਹੁਣ ਤੱਕ ਕਾਗਜ਼ਾਂ ਦੇ ਵਿੱਚ ਆਪਣੀ ਕਿਸਮਤ ਲੱਭ ਰਿਹਾ ਸੀ, ਕਿਉਂਕਿ ਕਬਾੜੀਏ ਦਾ ਕੰਮ ਹੁੰਦਾ ਕਾਗਜ਼ ਵਗੈਰਾ ਇਕੱਠੇ ਕਰਨੇ, ਅਤੇ ਜੇਕਰ ਕਾਗਜ਼ ਦੇ ਵਿੱਚੋਂ ਉਸਦੀ ਕਿਸਮਤ ਜਾਗੀ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ, ਕਿਉਂਕਿ ਅੱਜ ਤੱਕ ਉਹ ਕਾਗਜ਼ ਚੁਗਦਾ ਆਇਆ ਪਰ ਇੱਕ ਕਾਗਜ਼ ਨੇ ਉਸਦੀ ਕਿਸਮਤ ਚਮਕਾ ਦਿੱਤੀ, ਜੋ ਕਿ 2.5 ਕਰੋੜ ਦਾ ਲੋਟਰੀ ਨਿਕਲੀ ਹੈ ਇੱਕ ਕਬਾੜੀਏ ਦੀ 2.5 ਕਰੋੜ ਦੀ, ਅਤੇ ਵੱਡੀ ਗੱਲ ਹੈ। ਕਈ ਵਾਰੀ ਅਸੀਂ ਵੈਸੇ ਕਹਿ ਦਿੰਦੇ ਹਾਂ ਕਿ ਜਦੋਂ ਵੀ ਬੰਦਾ ਕਾਮਯਾਬ ਹੁੰਦਾ ਤਾਂ ਉਹਦੀ ਕਾਮਯਾਬੀ ਦੇ ਪਿੱਛੇ ਔਰਤ ਦਾ ਹੱਥ ਹੁੰਦਾ, ਤਾਂ ਇੱਥੇ ਕਿਵੇਂ ਇੱਕ ਔਰਤ ਦਾ ਹੱਥ ਹੀ ਨਿਕਲਿਆ ਤਾਂ ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ, ਕਿਉਂਕਿ ਉਸਨੇ ਆਪਣੀ ਪਤਨੀ ਦੇ ਨਾਮ 'ਤੇ ਇਹ ਜਿਹੜੀ ਲੋਟਰੀ ਸੀ ਖਰੀਦੀ ਸੀ, ਅਤੇ ਉਹ ਇੰਨੀ ਲੱਕੀ ਪਾਰਟਨਰ ਉਹਦੇ ਲਈ ਸਾਬਿਤ ਹੋਈ ਹੈ ਕਿ ਇੱਕ ਬਜ਼ੁਰਗ ਕਬਾੜੀਆ ਜੋ ਕਿ ਇਹ ਦੱਸਦਾ ਹੋਇਆ ਨਜ਼ਰ ਆਉਂਦਾ ਹੈ ਕਿ ਉਹ ਵਿਚਾਰੇ ਕੋਲ ਇੰਨੇ ਸਾਲਾਂ ਦੇ ਵਿੱਚ ਇੱਕ ਘਰ ਪਾਉਣ ਦੇ ਪੈਸੇ ਨਹੀਂ ਜੁੜੇ, ਔਰ ਸਹੀ ਵੀ ਕਹਿ ਰਿਹਾ ਕਿਉਂਕਿ ਇੱਕ ਮਿਡਲ ਕਲਾਸ ਬੰਦੇ ਕੋਲ ਕਈ ਵਾਰੀ ਸਾਲਾਂ ਬੱਧੀ ਘਰ ਪਾਉਣ ਦੇ ਵੀ ਪੈਸੇ ਨਹੀਂ ਜੁੜਦੇ, ਤਾਂ ਇੱਕ ਕਬਾੜੀਏ ਕੋਲ ਵਿਚਾਰੇ ਕੋਲ ਕਿੱਥੋਂ ਜੁੜਨਗੇ, ਤਾਂ ਇੰਨੇ ਸਾਲਾਂ ਤੋਂ ਉਹ ਜਿਹੜਾ ਸੁਪਨਾ ਸੀ ਘਰ ਪਾਉਣ ਦਾ ਉਹ ਵੀ ਨਹੀਂ ਸੀ ਪੂਰਾ ਹੋਇਆ। ਪਰ ਬੜੀ ਅਹਿਮ ਗੱਲ ਹੈ, ਇਹ ਸੁਣਨ ਵਾਲੀ ਗੱਲ ਹੈ ਕਿ ਜਦੋਂ ਉਸਦੀ 2.5 ਕਰੋੜ ਦੀ ਲੋਟਰੀ ਨਿਕਲਦੀ ਹੈ ਤਾਂ ਉਹ ਇਹ ਇਨਾਮ ਕਿਹੜੇ ਕੰਮ 'ਚ ਲਾਉਣਾ ਚਾਹੁੰਦਾ ਹੈ, ਹਾਲਾਂਕਿ ਉਹਦੇ ਹੁਣ ਤੱਕ ਦੇ ਜਿਹੜੇ ਸੁਪਨੇ ਸੀਗੇ ਉਹ ਸਿਰਫ ਘਰਦਿਆਂ ਨੂੰ ਲੈ ਕੇ ਸੀ, ਪਰ ਜਦੋਂ ਐਡਾ ਵੱਡਾ ਇਨਾਮ ਨਿਕਲਦਾ ਤਾਂ ਹਰ ਬੰਦਾ ਸੋਚੂਗਾ ਕਿ ਮੈਂ ਆਪਣੇ 'ਤੇ ਲਾਊਂਗਾ, ਪਰ ਇਸ ਬਜ਼ੁਰਗ ਇਨਸਾਨ ਦੀ ਜਿਹੜੀ ਗੱਲਬਾਤ ਹੈ ਇਸਨੂੰ ਸੁਣ ਕੇ ਇੱਕ ਵਾਰ ਤੁਸੀਂ ਵੀ ਹੈਰਾਨ ਹੋ ਜਾਓਗੇ ਅਤੇ ਤੁਸੀਂ ਵੀ ਤਾਰੀਫ ਕਰਨ ਦੇ ਲਈ ਮਜਬੂਰ ਹੋ ਜਾਓਗੇ ਕਿ ਇੱਕ ਤਾਂ ਗਰੀਬ, ਦੂਸਰਾ ਬਜ਼ੁਰਗ, ਫਿਰ ਵੀ ਇਸ ਉਮਰ ਦੇ ਵਿੱਚ ਉਹ ਜਿਹੜਾ ਹੁਣ ਉਹਨੂੰ ਇਨਾਮ ਮਿਲ ਰਿਹਾ ਹੈ, ਜਿਹੜੀ ਲੋਟਰੀ ਜਿੱਤੀ ਉਹਨੇ 2.5 ਕਰੋੜ ਦੀ, ਉਹ ਕਿਸ 'ਤੇ ਲਾਉਣਾ ਚਾਹੁੰਦਾ, ਜੋ ਕਿ ਕਦੇ ਵੀ ਇੱਕ ਅਮੀਰ ਬੰਦਾ ਲਾਉਣ ਤੋਂ ਪਹਿਲਾਂ 100 ਵਾਰ ਸੋਚਦਾ, ਜਿੱਥੇ ਇਹ ਬਜ਼ੁਰਗ ਆਦਮੀ ਆਪਣੇ ਲੋਟਰੀ ਦੇ ਪੈਸਿਆਂ ਨੂੰ ਲਾਉਣਾ ਚਾਹੁੰਦਾ, ਜੋ ਕਿ ਕਾਬਲੇ ਤਾਰੀਫ ਹੈ। ਬੜੀ ਕਿਰਪਾ ਹੈ ਜੀ, ਵਾਹਿਗੁਰੂ ਦੀ, ਮਾਲਕ ਦੀ ਬੜੀ ਮਿਹਰ ਹੋਈ ਹੈ, ਅਸੀਂ ਸੋਚਿਆ ਵੀ ਨਹੀਂ ਸੀ ਆਪਣੇ ਸੁਪਨੇ ਵਿੱਚ ਕਿ ਅਸੀਂ ਇਹ ਦਿਨ ਦੇਖਾਂਗੇ, ਲੇਕਿਨ ਈਸ਼ਵਰ ਨੇ ਬੜੀ ਮਿਹਰ ਕੀਤੀ ਹੈ। ਅਸੀਂ ਗਰੀਬੀ ਵੀ ਬੇਤਾਸ਼ਾ ਦੇਖੀ ਹੈ, ਕਿਉਂਕਿ ਅਸੀਂ ਕਿਰਾਏ ਦੇ ਮਕਾਨਾਂ 'ਚ ਅੱਜ ਦਿਨ ਤੱਕ ਹੀ ਰੁਕਦੇ ਹਾਂ, ਮਕਾਨ ਕਿਰਾਏ ਦਾ, ਦੁਕਾਨ ਕਿਰਾਏ ਦੀ। ਮੈਂ ਈਸ਼ਵਰ ਦੇ ਅੱਗੇ ਫਰਿਆਦ ਕੀਤੀ ਕਿ ਈਸ਼ਵਰ ਤੂੰ ਸਾਨੂੰ ਇਸ ਤਰ੍ਹਾਂ ਹੀ ਭੇਜੇਗਾ, ਅਸੀਂ ਜਾ ਕੇ ਕੀ ਜਵਾਬ ਦੇਵਾਂਗੇ, ਇੱਕ ਮਕਾਨ ਵੀ ਬਣਾ ਸਕੇ। ਅਗਰ ਤੂੰ ਸਾਡੀ ਫਰਿਆਦ ਸੁਣ, ਤੂੰ ਸਾਰੀ ਦੁਨੀਆ 'ਤੇ ਕਿਰਪਾ ਕਰਦਾ, ਸਾਡੇ 'ਤੇ ਵੀ ਕਰ, ਐਸੀ ਕੋਈ ਗੱਲ ਨਹੀਂ, ਅਸੀਂ ਸਭ ਵਾਸਤੇ ਸੁੱਖ ਮੰਗਦੇ ਹਾਂ, ਪ੍ਰਭੂ ਸਭ ਨੂੰ ਦੇਵੇ। ਪਰ ਮਾਲਕ ਨੇ ਮੇਰੀ ਫਰਿਆਦ ਸੁਣ ਲਈ, ਅੱਜ ਮੈਨੂੰ 2.5 ਕਰੋੜ ਦਾ ਬੰਪਰ ਦਿੱਤਾ ਹੈ। ਮੈਂ ਇਹ ਸੋਚਦਾ ਹਾਂ ਕਿ ਇਸ ਦੇ ਵਿੱਚੋਂ 25% ਪੈਸਾ ਜੋ ਹੋਏਗਾ ਉਹ ਮੈਂ ਧਾਰਮਿਕ ਕੰਮਾਂ 'ਤੇ ਲਵਾਂਗਾ, ਬਾਕੀ ਆ ਜੋ ਆਈ ਚਲਾਈ ਹੋਏਗੀ, ਜੋ ਉਹਦੇ 'ਚੋਂ ਬਚੇਗਾ ਪੈਸਾ, ਮੈਂ ਉਹ ਵੀ ਸੇਵਾ ਦੇ ਵਿੱਚ ਲਾ ਕੇ ਹੋਰ ਆਪਣਾ ਟਾਈਮ ਪਾਸ ਕਰਾਂਗਾ, ਕਿਉਂਕਿ ਅਗਰ ਮੈਂ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ, ਮਾਲਕ ਮੈਨੂੰ ਦੁੱਖ ਦੇਣ ਦੀ ਵੀ ਸ਼ਕਤੀ ਨਾ ਬਖਸ਼ੇ। 2.5 ਕਰੋੜ ਦੀ ਲਾਟਰੀ, ਪਹਿਲਾਂ ਜਦੋਂ ਪਤਾ ਲੱਗਾ ਵੀ ਲੱਗ ਗਿਆ, ਕਿੱਦਾਂ ਦਾ ਲੱਗਾ ਜੀ? ਹਾਂ, ਇਹ ਲੱਗਾ ਕਿ ਮੈਂ ਕਿਹਾ ਈਸ਼ਵਰ ਤੂੰ ਸਾਡੀ ਫਰਿਆਦ ਨੂੰ ਆਮ ਕਹਾਵਤ ਹੈ ਕਿ 12 ਸਾਲੀ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੈ, ਪਰ ਲੇਕਿਨ ਅੱਜ ਤਾਂ 12 ਨਹੀਂ 48 ਸਾਲ
ਤੋਂ ਵੀ ਉੱਤੇ ਹੋ ਗਏ, 50 ਸਾਲ ਹੋ ਗਏ ਪੂਰੇ, 50 ਸਾਲ ਹੋ ਗਏ ਜਦੋਂ 1-2 ਰੁਪਏ ਦਾ ਟਿਕਟ ਹੁੰਦਾ ਸੀਗਾ, 5 ਦਾ 10 ਦਾ, ਫਿਰ 50 ਦਾ ਵੀ ਹੋਇਆ, 100 ਦਾ ਵੀ ਹੋਇਆ। ਇਸ ਵਕਤ 500 ਦਾ ਟਿਕਟ ਸੀ, ਮੇਰਾ ਧਿਆਨ ਨਹੀਂ ਸੀ ਪਾਉਣ ਦਾ, ਲੇਕਿਨ ਘਰ ਵਾਲੀ ਮੇਰੀ ਕਹਿਣ ਲੱਗੀ ਜੇ ਇੰਨੇ ਪੈਸੇ ਗਵਾਏ ਚਲੋ 1 ਟਿਕਟ ਹੋਰ ਪਾ ਲਓ। ਲੇਕਿਨ ਸ਼ਾਇਦ ਕਿਸੇ ਦੇ ਪੈਰਾਂ ਦੇ ਪਿੱਛੇ ਮਾਲਕ ਨੇ ਸਾਡੀ ਵੀ ਸੁਣ ਲਈ ਹੈ। ਅੱਜ ਮੈਂ ਬੜਾ ਖੁਸ਼ ਹਾਂ, ਮੈਂ ਇਹੀ ਸੋਚਦਾ ਕਿ ਮੈਂ ਜਿਹੜਾ ਇਹ ਪੈਸਾ ਆਏਗਾ ਇਹ ਵਿਅਰਥ ਨਾ ਜਾਵੇ, ਕਿਸੇ ਗਲਤ ਪਾਸੇ ਨਾ ਲੱਗੇ, ਇਹ ਅੱਛੇ ਪਾਸੇ ਲੱਗੇ, ਕੋਈ ਅਸੀਸ ਦੇਗਾ। ਅਗਰ ਬੁਰੇ ਪਾਸੇ ਲੱਗੇਗਾ ਤਾਂ ਮੇਰੇ ਮਨ ਵਿੱਚ ਆਤਮਿਕ ਸ਼ਾਂਤੀ ਨਹੀਂ ਹੋਏਗੀ। ਮੈਂ ਇਹ ਅਰਦਾਸ ਕਰਦਾ ਹਾਂ ਕਿ ਪ੍ਰਭੂ ਸਭ 'ਤੇ ਭਲਾ ਕਰੇ।